ਇਟਸ ਯੂਅਰ ਬੋਲੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਹੌਲੀ ਹੌਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਇਸ ਵਕਤ ਇੱਕ ਵੱਡੀ ਖਬਰ ਇਹ ਆ ਰਹੀ ਆ ਕਿ ਕੁਝ ਸਮਾਂ ਪਹਿਲਾਂ ਕਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵੀਡੀਓ ਵਿੱਚ ਉਹ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਪਰ ਬੁਲਟ ਚਲਾ ਰਹੇ ਆ। ਪਰ ਇਸ ਵੀਡੀਓ ਵਿੱਚ ਉਹਨਾਂ ਤੋਂ ਇਹ ਮਿਸਟੇਕ ਰਹਿ ਗਈ ਕਿ ਉਹਨਾਂ ਨੇ ਬੁਲਟ ਚਲਾਉਣ ਸਮੇਂ ਹੈਲਮੇਟ ਨਹੀਂ ਪਹਿਨਿਆ, ਜਿਸ ਕਰਕੇ ਬਹੁਤ ਸਾਰੇ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਤੁਸੀਂ ਇੱਕ ਸੈਲੀਬ੍ਰਿਟੀ ਹੋ ਕੇ ਹੈਲਮੇਟ ਨਹੀਂ ਪਹਿਨਦੇ ਤਾਂ ਜੋ ਆਮ ਨੌਜਵਾਨ ਆ, ਜੋ ਯੂਥ ਆ, ਉਹ ਇਸ ਤੋਂ ਕੀ ਮੈਸੇਜ ਲਊਗਾ। ਜੇ ਤੁਸੀਂ ਹੈਲਮੇਟ ਪਹਿਨ ਕੇ ਬੁਲਟ ਚਲਾਉਂਦੇ ਤਾਂ ਤੁਹਾਨੂੰ ਦੇਖਣ ਵਾਲੇ ਤੁਹਾਡੇ ਫੋਲੋਅਰ ਵੀ ਸੋਚਦੇ ਕਿ ਕਪਿਲ ਸ਼ਰਮਾ ਜੇ ਬੁਲਟ ਚਲਾਉਣ ਸਮੇਂ ਹੈਲਮੇਟ ਪਹਿਨਦਾ ਤਾਂ ਸਾਨੂੰ ਵੀ ਹੈਲਮੇਟ ਪਹਿਨਣਾ ਚਾਹੀਦਾ। ਸੋ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਮੈਂਟ ਕੀਤਾ ਕਿ ਜੇ ਇੱਕ ਸੈਲੀਬ੍ਰਿਟੀ ਜਿਸ ਨੂੰ ਸਾਰੇ ਲੋਕ ਰੋਲ ਮਾਡਲ ਮੰਨਦੇ ਆ, ਉਹ ਕਾਨੂੰਨ ਦੀ ਉਲੰਘਣਾ ਕਰਦੇ ਆ ਤਾਂ ਆਮ ਲੋਕ ਤਾਂ ਫਿਰ ਜ਼ਰੂਰ ਹੀ ਕਾਨੂੰਨ ਦੀ ਉਲੰਘਣਾ ਕਰਨਗੇ। ਅਤੇ ਬਹੁਤ ਸਾਰੇ ਲੋਕਾਂ ਨੇ ਕਮੈਂਟਾਂ ਵਿੱਚ ਇਹ ਵੀ ਕਿਹਾ ਕਿ ਕਪਿਲ ਸ਼ਰਮਾ ਨੇ ਜੋ ਮਿਸਟੇਕ ਕੀਤੀ, ਜੋ ਕਾਨੂੰਨ ਦੀ ਉਲੰਘਣਾ ਕੀਤੀ ਆ, ਉਸਨੇ ਹੈਲਮੇਟ ਨਹੀਂ ਪਹਿਨਿਆ। ਇਸ ਲਈ ਪੰਜਾਬ ਪੁਲਿਸ ਨੂੰ ਉਸਦਾ ਚਲਾਣ ਕਰਨਾ ਚਾਹੀਦਾ ਤਾਂ ਜੋ ਅੱਗੇ ਤੋਂ ਉਹ ਇਹ ਗਲਤੀ ਨਾ ਕਰੇ। ਸੋ ਕਪਿਲ ਸ਼ਰਮਾ ਲਈ ਇਹ ਇੱਕ ਬੁਰੀ ਖਬਰ ਆ, ਕਿਉਂਕਿ ਉਹ ਪਹਿਲਾਂ ਵੀ ਕਾਫੀ ਵਾਰ ਵਿਵਾਦਾਂ ਵਿੱਚ, ਕੰਟਰੋਵਰਸੀ ਵਿੱਚ ਫਸ ਚੁੱਕੇ ਆ। ਸੋ ਦੋਸਤੋ, ਜਿਸ ਤਰ੍ਹਾਂ ਇਹ ਵੀਡੀਓ ਵਾਇਰਲ ਹੋ ਰਹੀ ਆ, ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਆ, ਹੋ ਸਕਦਾ ਕਪਿਲ ਸ਼ਰਮਾ ਇੱਕ ਵਾਰ ਦੁਬਾਰਾ ਬੁਰੀ ਤਰ੍ਹਾਂ ਵਿਵਾਦਾਂ ਵਿੱਚ ਫਸ ਸਕਦੇ ਆ। ਸੋ ਦੋਸਤੋ, ਕਪਿਲ ਸ਼ਰਮਾ ਲਈ ਬੁਰਾ ਵਕਤ ਚੱਲ ਰਿਹਾ, ਕਿਉਂਕਿ ਉਹ ਇੱਕ ਤੋਂ ਬਾਅਦ ਇੱਕ ਵਿਵਾਦਾਂ ਵਿੱਚ ਫਸਦੇ ਜਾ ਰਹੇ ਆ। ਦੋਸਤੋ, ਆਪਾਂ ਤਾਂ ਇਹੀ ਕਹਾਂਗੇ ਕਿ ਕਪਿਲ ਸ਼ਰਮਾ ਜੀ ਤੋਂ ਜੋ ਮਿਸਟੇਕ ਹੋਈ ਆ, ਉਹ ਅੱਗੇ ਤੋਂ ਧਿਆਨ ਰੱਖਣ ਕਿ ਉਹ ਜਦੋਂ ਵੀ ਬਾਈਕ ਚਲਾਉਣ ਤਾਂ ਉਹ ਹੈਲਮੇਟ ਜ਼ਰੂਰ ਪਹਿਨ ਲੈਣ, ਕਿਉਂਕਿ ਇਸ ਨਾਲ ਲੋਕਾਂ ਤੱਕ ਗਲਤ ਮੈਸੇਜ ਨਾ ਪਹੁੰਚੇ। ਵੈਸੇ ਕਪਿਲ ਸ਼ਰਮਾ ਜੀ ਬਹੁਤ ਹੀ ਵਧੀਆ ਕਮੇਡੀਅਨ ਆ, ਉਹ ਲੋਕਾਂ ਦਾ ਬਹੁਤ ਵਧੀਆ ਮਨੋਰੰਜਨ ਕਰਦੇ ਆ। ਸੋ ਕਈ ਵਾਰ ਬੰਦੇ ਤੋਂ ਗਲਤੀ ਵੀ ਹੋ ਜਾਂਦੀ ਆ। ਤੇ ਦੋਸਤੋ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਪਿਲ ਸ਼ਰਮਾ ਨੇ ਹੈਲਮੇਟ ਪਹਿਨਣ ਤੋਂ ਬਿਨਾਂ ਬੁਲਟ ਚਲਾਇਆ, ਤੁਹਾਡੀ ਇਸ ਬਾਰੇ ਕੀ ਰਾਏ ਆ, ਕਿ ਉਸਨੂੰ ਹੈਲਮੇਟ ਪਹਿਨਣ ਤੋਂ ਬਿਨਾਂ ਬੁਲਟ ਚਲਾਉਣਾ ਚਾਹੀਦਾ ਸੀ ਜਾਂ ਨਹੀਂ। ਸੋ ਕਮੈਂਟ ਕਰਕੇ ਤੁਸੀਂ ਆਪਣਾ ਵਿਚਾਰ ਜ਼ਰੂਰ ਦੱਸਿਓ ਕਿ ਉਸਦੀ ਗਲਤੀ ਆ ਜਾਂ ਨਹੀਂ। ਸੋ ਦੋਸਤੋ, ਇਸ ਵੀਡੀਓ ਵਿੱਚ ਇੰਨਾ ਹੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਲਾਈਕ ਕਰਿਓ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ। ਸੋ ਦੋਸਤੋ, ਜੇ ਤੁਸੀਂ ਆਪਣਾ ਚੈਨਲ ਬੌਲੀ ਹੋਲੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਇਸ ਦੇ ਨਾਲ ਜੋ ਬੈੱਲ ਦਾ ਆਈਕਨ ਆ ਰਿਹਾ ਉਸ 'ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਇੰਨੇ ਸ਼ਬਦਾਂ ਨਾਲ ਲੈਂਦੇ ਹਾਂ ਇਜਾਜ਼ਤ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।